ਜ਼ਿਲ੍ਹਾ ਜਲੰਧਰ ਦੇ ਕਸਬਾ ਅੱਪਰਾ ਦੇ ਭਾਈ ਮੀਰ ਚੰਦ ਮੁਹੱਲਾ ਵਿਖੇ ਮੁਹੱਲਾ ਵਾਸੀਆਂ ਵੱਲੋਂ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਮਾਪਿਆਂ ਵੱਲੋਂ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਡਰੈੱਸ ਵਿੱਚ ਸਜਾਇਆ ਗਿਆ ਸੀ। ਮੁਹੱਲਾ ਵਾਸੀਆਂ ਵੱਲੋਂ ਵੱਖ ਵੱਖ ਤਰ੍ਹਾਂ ਦੇ ਲੰਗਰ ਵੀ ਲਗਾਏ ਗਏ। ਔਰਤਾਂ ਨੇ ਹੱਥਾਂ 'ਤੇ ਮਹਿੰਦੀ ਵੀ ਲਗਾਈ। ਇਸ ਮੌਕੇ ਪ੍ਰਮੋਦ ਕਈ, ਹਰੀਸ਼ ਮਹਿਰਾ, ਪ੍ਰਿੰਸ ਮਹਿਰਾ, ਪੰਕਜ ਕਈ, ਪਾਰਸ ਕਈ, ਗੌਰਵ ਖੁਸਲਾ, ਤਰੁਣ ਸੂਦ, ਹਰਪ੍ਰੀਤ, ਵਿਪਨ ਪੰਚ, ਸਨੀ, ਨੀਰਜ ਕੁਮਾਰ, ਮਨਜੀਤ, ਗੌਰਵ, ਰੋਹਿਤ, ਲੱਕੀ ਅਪਰਾ, ਛੋਟੂ ਅਪਰਾ, ਪ੍ਰਮੋਦ ਬਸੰਦ ਰਾਏ ਅਤੇ ਮਹੱਲਾ ਵਾਸੀ ਮੌਜੂਦ ਸਨ। ਅੱਜ ਕ੍ਰਿਸ਼ਨ ਭਗਵਾਨ ਜੀ ਦੇ ਜਨਮ ਉਤਸਵ ਦੀ ਖੁਸ਼ੀ ਵਿੱਚ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਅਤੇ ਆਪਣੀ ਸਾਰੀ ਕਮੇਟੀ ਵੱਲੋਂ ਬਹੁਤ ਬਹੁਤ ਵਧਾਈ ਦਿੰਦੀ ਹਾਂ। ਇਸ ਜਨਮ ਅਸ਼ਟਮੀ ਦੇ ਉਤਸਵ 'ਤੇ ਬੱਚਿਆਂ ਨੇ ਰਲ ਮਿਲ ਕੇ, ਪੜੋਸੀਆਂ ਨੇ ਵੀ, ਸਭ ਨੇ ਰਲ ਮਿਲ ਕੇ ਖੂਬ ਰੌਣਕ ਲਾਈ ਹੈ। ਲੰਗਰ ਲਗਾਏ ਗਏ ਆ, ਸਟੋਲ ਲਗਾਏ ਗੋਲ ਗੱਪਿਆਂ ਦੇ, ਪੌਪਕੋਰਨ ਅਤੇ ਮਹਿੰਦੀ ਦੇ ਸਟੋਲ ਲਗਾਏ ਗਏ। ਇਸ ਦੇ ਨਾਲ ਹੀ ਬੱਚਿਆਂ ਨੇ ਆਈਸਕ੍ਰੀਮ ਦਾ ਵੀ ਪ੍ਰਬੰਧ ਕੀਤਾ, ਜਿਸ ਦਾ ਸਾਰੇ ਅਪਰਾ ਵਾਸੀਆਂ ਨੇ ਬਹੁਤ ਆਨੰਦ ਮਾਣਿਆ। ਬੋਲ ਕ੍ਰਿਸ਼ਨ ਭਗਵਾਨ ਕੀ ਜੈ। ਭਾਈ ਮੀਰ ਚੰਦ ਮੁਹੱਲਾ ਦੇ ਵਿੱਚ ਅੱਜ ਲੰਗਰ ਲਗਾਇਆ ਗਿਆ, ਸਾਰਿਆਂ ਨੇ ਰਲ ਮਿਲ ਕੇ ਬਹੁਤ ਸਾਥ ਦਿੱਤਾ ਅਤੇ ਸੁਸ਼ਮਾ ਗਈ ਜੀ ਦੀ ਸਰਪ੍ਰਸਤੀ ਹੇਠ ਸਾਰੀਆਂ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਔਰ ਸਾਰੇ ਅਪਰੇ ਨੇ ਬਹੁਤ ਸਹਿਯੋਗ ਦਿੱਤਾ।